ਦੱਸਾ ਇਹ ਹਸਪੀਟਲ ਜਿਹੜਾ ਕਿ ਕਾਸਤਰ ਦਾ ਕੇਂਦਰ ਹੈ ਲੋਕਾਂ ਦੇ ਲਈ ਔਰ ਸਮੇਂ ਸਮੇਂ ਸਿਰ ਇੱਥੇ ਉਹਨਾਂ ਲੋੜਵੰਦ ਮਰੀਜ਼ਾਂ ਦੇ ਲਈ ਔਰ ਉਹਨਾਂ ਲੋਕਾਂ ਦੇ ਲਈ ਅਵੇਅਰਨੈਸ ਦੇ ਲਈ ਜਿਹੜੇ ਗੋਡੇ ਔਰ ਝੂਲੇ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਹਨ ਔਰ ਇਸ ਵਾਰ ਵੀ 28 ਤਰੀਕ ਨੂੰ ਇੱਕ ਮਲਟੀ ਸਪੈਸ਼ਲਿਟੀ ਜਿਹੜਾ ਹੈਗਾ ਸਰਜਰੀ ਜਿਹੜਾ ਕੈਂਪ ਹੈਗਾ ਇੱਥੇ ਲੱਗ ਰਿਹਾ ਜਿਹਦੇ ਵਿੱਚ ਮਰੀਜ਼ਾਂ ਨੂੰ ਫ੍ਰੀ ਜਿਹੜੇ ਹੈਗੀਆਂ ਟੈਸਟ ਕੀਤੇ ਜਾਣਗੇ ਔਰ ਬਹੁਤ ਘੱਟ ਰੇਟਾਂ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਕੰਸਲਟੇਸ਼ਨ ਜਿਹੜੀ ਉਹਨਾਂ ਦੀ ਹੋਏਗੀ ਕੀ ਕਹਿਣਾ ਚਾਹੋ ਇਸ ਵੇਲੇ ਪੇਸ਼ੈਂਟਸ ਦੇ ਜਿਹੜੇ ਪ੍ਰੋਬਲਮ ਆ ਰਹੀਆਂ ਉਹ ਮੇਨ ਗੋਡੇ ਅਤੇ ਚੂਲੇ ਦੀ ਕਾਫੀ ਪ੍ਰੋਬਲਮ ਆ ਰਹੀ ਹੈ ਔਰ ਕਾਫੀ ਲੋਕਾਂ ਦੇ ਗੋਡੇ ਜਿਹੜੇ ਹੈਗੇ ਉਹ ਖਰਾਬ ਹੋ ਰਹੇ ਹੈ ਔਰ ਉਹਨਾਂ ਨੂੰ ਤਕਲੀਫ ਵੱਧਦੀ ਜਾ ਰਹੀ ਹੈ ਜਵਾਨੀ ਦੇ ਵਿੱਚ ਹੀ ਗੋਡੇ ਖਰਾਬ ਹੋਣੇ ਸ਼ੁਰੂ ਹੋ ਗਏ ਹੈ ਕਾਰਨ ਤਾਂ ਇਸ ਚੀਜ਼ ਦਾ ਐਗਜੈਕਟ ਨਹੀਂ ਪਤਾ ਪਰ ਪੇਸ਼ੈਂਟ ਨੂੰ ਪ੍ਰੋਬਲਮ ਇੰਨੀ ਜ਼ਿਆਦਾ ਕਿ ਗੋਡੇ ਬਦਲਣੇ ਪੈ ਰਹੇ ਹੈ ਔਰ ਜਦੋਂ ਗੋਡੇ ਬਦਲਨੇ ਤਾਂ ਉਹਨਾਂ ਰੇਟ ਗਵਰਨਮੈਂਟ ਨੇ ਵੀ ਡਿਸਾਈਡ ਕਰਤਾ ਘੱਟ ਹੋ ਗਿਆ ਅਤੇ ਕੁਛ ਡਾਕਟਰਾਂ ਨੇ ਆਪਣੀ ਫੀਸ ਕੁਛ ਨੇ ਘਟਾ ਤੀ ਕੁਛ ਨੇ ਨਹੀਂ ਘਟਾਈ ਆਮ ਵੱਡੇ ਹਸਪਤਾਲਾਂ ਦੇ ਕਾਰਪੋਰੇਟ ਹਸਪਤਾਲਾਂ ਦੇ ਵਿੱਚ ਗੋਡਿਆਂ ਦੇ ਬਦਲਣ ਦੇ ਰੇਟ ਜਿਹੜੇ ਆ ਉਹ ਕਾਫੀ ਹਾਈ ਹੈ ਗਵਰਨਮੈਂਟ ਨੇ ਗੋਡਿਆਂ ਦੀ ਕੀਮਤ ਤਾਂ ਘਟਾ ਤੀ ਲੇਕਿਨ ਡਾਕਟਰਾਂ ਦੀ ਕੀਮਤ ਨਹੀਂ ਘਟੀ ਸੋ ਉਹਦੇ ਵਾਸਤੇ ਅਸੀਂ ਫਿਰ ਕੈਂਪ ਲਗਾ ਰਹੇ ਹਾਂ ਤਾਂ ਕਿ ਇੱਥੇ ਲੋਕ ਜਿਹੜੇ ਲੋੜਵੰਦ ਹੈਗੇ ਉਹਨਾਂ ਦੇ ਗੋਡੇ ਬਦਲੇ ਜਾ ਸਕਣ ਔਰ ਉਹ ਇਸ ਚੀਜ਼ ਦਾ ਫਾਇਦਾ ਉਠਾ ਸਕਣ ਕਿ ਉਹਨਾਂ ਦੇ ਜਿਹੜੀ ਗੋਡੇ ਤਕਲੀਫ ਹੈ ਘਟਾਈ ਜਾ ਸਕੇ ਦੱਸਾਂ ਇਹ ਹੋਸਪਿਟਲ ਜਿਹੜਾ ਮੰਨਿਆ ਜਾਂਦਾ ਗੋਡੇ ਬਚਾਉਣ 'ਚ ਕਿਉਂਕਿ ਡਾਕਟਰ ਮਿੱਤਲ ਐਸਾ ਨਾਮ ਹੈ ਕਿ ਉਹ ਜ਼ਿਆਦਾ ਜਿਹੜੇ ਚੀਜ਼ਾਂ ਹੈਗੀਆਂ ਇਹ ਤੁਸੀਂ ਕੰਸਲਟੇਸ਼ਨ ਦੇ ਨਾਲ ਉਹਨਾਂ ਦੇ ਨਾਲ ਕੌਂਸਲਿੰਗ ਕਰਕੇ ਉਹਨਾਂ ਨੂੰ ਦੱਸ ਕੇ ਕਿ ਕਿਸ ਤਰੀਕੇ ਦਾ ਲਾਈਫ ਸਟਾਈਲ ਤੁਸੀਂ ਅਡੋਪਟ ਕਰਨਾ ਉਸ ਤਰੀਕੇ ਦੇ ਨਾਲ ਤੁਸੀਂ ਮਤਲਬ ਤੁਸੀਂ ਜਲਦੀ ਇਸ ਚੀਜ਼ 'ਤੇ ਨਹੀਂ ਬੰਦੇ ਕਿ ਗੋਡੇ ਬਦਲਣਾ ਤੁਸੀਂ ਗੋਡੇ ਬਚਾਉਣ ਵਾਲੇ ਵਾਲੇ ਪਾਸੇ ਜਾਂਦੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਸਾਡੀ ਪਹਿਲੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਪੇਸ਼ੈਂਟ ਨੂੰ ਦਵਾਈਆਂ ਦੇ ਕੇ ਐਕਸਰਸਾਈਜ਼ ਕਰਾ ਕੇ ਔਰ ਉਹਨਾਂ ਨੂੰ ਡਾਇਟ ਦੀ ਰਿਸਟ੍ਰਿਕਸ਼ਨ ਕਰਕੇ ਉਹਨਾਂ ਦਾ ਵੇਟ ਘਟਾ ਕੇ ਕਿਸੇ ਤਰੀਕੇ ਵੀ ਉਹਨਾਂ ਦੇ ਗੋਡੇ ਨਾ ਬਦਲੇ ਜਾ ਸਕਣ ਪਰ ਜਿਹੜੇ ਲੋਕਾਂ ਨੂੰ ਤਕਲੀਫ ਇੰਨੀ ਵੱਧ ਚੁੱਕੀ ਹੈ ਕਿ ਉਹ ਤੁਰ ਹੀ ਨਹੀਂ ਪਾਉਂਦੇ ਜਾਂ ਉਹ ਆਪਣੀ ਡੇਲੀ ਦੀ ਰੂਟੀਨ ਐਕਟੀਵਿਟੀਜ਼ ਨਹੀਂ ਕਰ ਸਕਦੇ ਔਰ ਉਹਨਾਂ ਨੂੰ ਦਵਾਈਆਂ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਉਹਨਾਂ ਨੂੰ ਤਾਂ ਗੋਡੇ ਬਦਲਾਉਣੇ ਹੀ ਪੈਣੇ ਹੈ ਪਰ ਕਈ ਲੋਕ ਜਿਹੜੇ ਹੈ ਪੈਸਿਆਂ ਦੀ ਕਮੀ ਕਰਕੇ ਉਹ ਤਕਲੀਫ ਸਹੀ ਜਾਂਦੇ ਨੇ ਗੋਡੇ ਬਦਲਾਉਂਦੇ ਨਹੀਂ ਹੈ ਉਹਨਾਂ ਨੂੰ ਤਾਂ ਰਿਕੁਆਇਰਮੈਂਟ ਗੋਡੇ ਬਦਲਣ ਦੀ ਹੈਗੀ ਹੈਗੀ ਹੈ ਉੱਥੇ ਤਾਂ ਸਾਨੂੰ ਗੋਡੇ ਬਦਲਣੇ ਪੈਣੇ ਹੀ ਹੈ ਸੋ ਜਦੋਂ ਪੈਸੇ ਦੀ ਕਿੱਲਤ ਹੁੰਦੀ ਹੈ ਫਿਰ ਉਹ ਗੋਡੇ ਬਦਲਾਉਂਦੇ ਨਹੀਂ ਅਸੀਂ ਉਸੇ ਵਾਸਤੇ ਇਹ ਕੈਂਪ ਲਗਾਇਆ ਤਾਂ ਕਿ ਉਹ ਗੋਡੇ ਬਦਲਾ ਸਕਣ ਸਾਹਿਬ ਜਿੱਦਾਂ ਕੋਈ ਬੰਦਾ ਜਿਹਦਾ ਇੱਕ ਗੋਡਾ ਖਰਾਬ ਹੋ ਜਾਂਦਾ ਔਰ ਉਹ ਜਿੱਦਾਂ ਤੁਸੀਂ ਕਿਹਾ ਕਿ ਇਸੇ ਕਿਸਮਾਂ ਦੇ ਵਿੱਚ ਆਪਣੀ ਫਾਈਨੈਂਸ਼ਲੀ ਔਰ ਹੋਰ ਤਰੀਕੇ ਦੇ ਨਾਲ ਉਹ ਵਿਚਾਰਾ ਨਹੀਂ ਕਰ ਪਾਉਂਦਾ ਔਰ ਦੂਸਰੇ ਗੋਡੇ 'ਤੇ ਸਾਰਾ ਭਾਰ ਪਾਉਂਦਾ ਰਹਿੰਦਾ ਔਰ ਇੱਥੇ ਤੱਕ ਪ੍ਰੋਬਲਮ ਆ ਜਾਂਦੀ ਕਿ ਮੁੜ ਕੇ ਦੋਨੇ ਗੋਡੇ ਜਿਹੜੇ ਹੈਗੇ ਖਰਾਬ ਹੋ ਜਾਂਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਅਸਲ 'ਚ ਇਹੀ ਚੀਜ਼ ਚਾਹੀਦੀ ਹੈ ਕਿ ਵੀ ਜਦੋਂ ਇੱਕ ਗੋਡਾ ਖਰਾਬ ਹੋਇਆ ਆਪਣੇ ਡਾਕਟਰ ਨੂੰ ਕੰਸਲਟ ਕਰੋ ਜਿਹੜਾ ਵੀ ਤੁਹਾਡਾ ਨਿੱਜੀ ਡਾਕਟਰ ਹੈਗਾ ਔਰਥੋਪੈਡਿਕ ਡਾਕਟਰ ਨੂੰ ਕੰਸਲਟ ਕੀਤਾ ਜਾਵੇ ਤਾਂ ਬੈਟਰ ਹੈ ਨੇੜੇ ਦੇ ਫੈਮਿਲੀ ਡਾਕਟਰ ਤੋਂ ਸਲਾਹ ਜ਼ਰੂਰ ਲਓ ਪਰ ਬੈਟਰ ਹੈ ਕਿ ਔਰਥੋਪੈਡਿਕ ਸਰਜਨ ਨੂੰ ਜ਼ਰੂਰ ਦਿਖਾ ਲਓ ਜੇ ਗੋਡੇ ਇੱਕ ਖਰਾਬ ਹੋ ਰਿਹਾ ਤਾਂ ਐਟਲੀਸਟ ਉਹਦੀ ਪਹਿਲਾਂ ਟ੍ਰੀਟਮੈਂਟ ਹੋ ਜਾਏਗੀ ਤਾਂ ਉਦੋਂ ਦੂਸਰਾ ਗੋਡਾ ਵੀ ਖਰਾਬ ਹੋਣ ਤੋਂ ਬਚ ਜਾਏਗਾ ਪਲੱਸ ਉਹ ਗੋਡੇ ਦੀ ਵੀ ਕੇਅਰ ਹੋ ਜਾਏਗੀ ਪਰ ਜਦੋਂ ਇੱਕ ਗੋਡਾ ਇੰਨਾ ਨੂੰ ਖਰਾਬ ਹੋ ਗਿਆ ਕਿ ਉਹ ਦੂਸਰੇ ਗੋਡੇ 'ਤੇ ਭਾਰ ਪਾ ਕੇ ਚੱਲਣ ਲੱਗ ਗਿਆ ਤਾਂ ਐਟਲੀਸਟ ਇੱਕ ਗੋਡਾ ਤਾਂ ਬਦਲਾ ਦਿਓ ਤਾਂ ਕਿ ਦੂਸਰਾ ਗੋਡਾ ਖਰਾਬ ਹੋਣ ਤੋਂ ਬਚ ਜਾਏ ਦੱਸਾਂ ਕਿ ਇਹਦੇ 'ਚ ਏਜ ਲਿਮਿਟ ਜਿੱਦਾਂ ਲੋਕ 80 ਸਾਲ ਦੇ ਹੋ ਜਾਂਦੇ ਆ 70 ਸਾਲ ਦੇ ਜਾਂ ਜਦੋਂ ਏਜ ਵੱਧ ਜਾਂਦੀ ਆ ਉਹ ਬਜ਼ੁਰਗ ਹੋ ਜਾਂਦੇ ਆ ਉਹਨਾਂ ਤੋਂ ਤੁਰਿਆ ਫਿਰਿਆ ਨਹੀਂ ਜਾਂਦਾ ਔਰ ਗੋਡੇ ਜਿਹੜੇ ਹੈਗੇ ਉਹਨਾਂ ਦੇ ਉਹ ਰਿਪਲੇਸਮੈਂਟ ਵਾਲੀ ਪੋਜੀਸ਼ਨ 'ਚ ਹੁੰਦੇ ਆ ਔਰ ਉਹ ਇਸ ਗੱਲ 'ਚ ਰਹਿੰਦੇ ਵੀ ਨਹੀਂ ਨਹੀਂ ਕੋਈ ਹੋਰ ਪ੍ਰੋਬਲਮ ਆ ਜੂਗੀ ਹੋਰ ਔਖਾ ਹੋ ਜੂਗਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਅੱਜ ਬਹੁਤ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਇਹ ਗੋਡੇ ਚੁੱਲੇ ਲੋਕਾਂ ਦੇ ਬਦਲ ਚੁੱਕੇ ਹੋ ਕੀ ਕਹਿਣਾ ਉਮਰ ਇੱਕ ਬਾਰ ਨਹੀਂ ਹੈ ਗੋਡਾ ਬਦਲਣ ਲਈ ਪੇਸ਼ੈਂਟ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ ਕਿ ਉਹ ਉਹਦੇ ਹਾਰਟ ਦੀ ਕੰਡੀਸ਼ਨ ਠੀਕ ਹੋਵੇ ਉਹਦੇ ਕਿਡਨੀ ਦੀ ਕੰਡੀਸ਼ਨ ਠੀਕ ਹੋਵੇ ਜੇ ਹਾਰਟ ਅਤੇ ਕਿਡਨੀ ਦੀ ਕੰਡੀਸ਼ਨ ਠੀਕ ਹੈ ਤਾਂ ਗੋਡੇ ਕਿਸੇ ਵੀ ਉਮਰ 'ਚ ਬਦਲੇ ਜਾ ਸਕਦੇ ਹੈ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ ਕੋਈ ਜਵਾਨ ਆਦਮੀ ਹੈ ਜੇ ਉਹਦੇ ਗੋਡੇ ਖਰਾਬ ਹੋ ਗਏ ਨੇ ਕਿਸੇ ਰੀਜ਼ਨ ਕਰਕੇ ਐਕਸੀਡੈਂਟ ਕਰਕੇ ਗੋਡਾ ਘਸ ਗਿਆ ਹੈ ਜਾਂ ਕਿਸੇ ਵੀ ਰੀਜ਼ਨ ਕਰਕੇ ਘਸ ਗਿਆ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹ ਬੁੱਢਾ ਹੋਏਗਾ ਤਾਂ ਹੀ ਗੋਡੇ ਬਦਲਾਂਗੇ ਉਹਨੂੰ ਜਵਾਨੀ 'ਚ ਵੀ ਫਿਰ ਗੋਡੇ ਬਦਲਾਉਣੇ ਚਾਹੀਦੇ ਹੈ ਜੇ ਕੋਈ ਬਜ਼ੁਰਗ ਹੈ ਉਹ ਨਹੀਂ ਬਦਲਾ ਪਾ ਰਿਹਾ ਇਹ ਡਰ ਕੇ ਕਿ ਵੀ ਮੇਰਾ ਕੁਛ ਜ਼ਿੰਦਗੀ ਨੂੰ ਨੁਕਸਾਨ ਹੋ ਜਾਏਗਾ ਜਾਂ ਜ਼ਿੰਦਗੀ ਨੂੰ ਖਤਰਾ ਹੋ ਜਾਏਗਾ ਤਾਂ ਕੋਈ ਵੀ ਡਾਕਟਰ ਗੋਡਾ ਉਦੋਂ ਤੱਕ ਨਹੀਂ ਬਦਲਦਾ ਜਾਂ ਚੁਲਾ ਉਦੋਂ ਤੱਕ ਨਹੀਂ ਬਦਲਦਾ ਜਦੋਂ ਤੱਕ ਉਹ ਮੈਡੀਕਲੀ ਫਿੱਟ ਨਹੀਂ ਹੁੰਦਾ ਜਦੋਂ ਮੈਡੀਕਲੀ ਫਿੱਟ ਹੋ ਜਾਂਦਾ ਉਦੋਂ ਹੀ ਅਸੀਂ ਆਪਰੇਸ਼ਨ ਕਰਨ ਦੀ ਸਲਾਹ ਦਿੰਦੇ ਹਾਂ ਅਦਰਵਾਈਜ਼ ਅਸੀਂ ਸਲਾਹ ਨਹੀਂ ਦਿੰਦੇ ਅੰਡਰਸ ਆਪਰੇਸ਼ਨ ਜਿਹੜਾ ਕਿ ਲੋਕਾਂ ਨੂੰ ਬੜਾ ਡਰ ਲੱਗਦਾ ਲੇਕਿਨ ਕਿਉਂਕਿ ਅੱਜ ਕੱਲ੍ਹ ਤੁਸੀਂ ਐਸੀਆਂ ਤੁਹਾਡੇ ਕੋਲ ਟੈਕਨੀਕਸ ਨੇ ਜਿਹਦੇ ਨਾਲ ਬਹੁਤ ਥੋੜ੍ਹੇ ਕੱਟ ਲੱਗਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋ ਬਿਲਕੁਲ ਸਹੀ ਕਿਹਾ ਕਿ ਛੋਟੇ ਕੱਟ ਦੇ ਨਾਲ ਹੀ ਅੱਜ ਕੱਲ੍ਹ ਆਪਰੇਸ਼ਨ ਹੋ ਜਾਂਦਾ ਹੈ ਖੂਨ ਦੀ ਵੀ ਬਹੁਤੀ ਲੋੜ ਨਹੀਂ ਪੈਂਦੀ ਸੋ ਇਹ ਟੈਕਨੀਕਸ ਨਵੀਆਂ ਲੇਟੈਸਟ ਡਿਵੈਲਪ ਹੋ ਗਈਆਂ ਇਹ ਪੇਸ਼ੈਂਟ ਦੇ ਬੈਨੀਫਿਟ ਵਾਸਤੇ ਡਿਵੈਲਪ ਹੋਈਆਂ ਤਾਂ ਕਿ ਇੱਕ ਤਾਂ ਪੇਸ਼ੈਂਟ ਦੇ ਛੋਟੇ ਚੀਰੇ ਨਾਲ ਆਪਰੇਸ਼ਨ ਹੋ ਜਾਏ ਇੱਕ ਪੇਸ਼ੈਂਟ ਜਲਦੀ ਚੱਲਣ ਲੱਗ ਜਾਏ
ਇਹ ਲੋਕਾਂ ਦੇ ਮਿੱਥ ਬਣਿਆ ਹੋਇਆ ਕਿ ਗੋਡੇ ਬਦਲ ਕੇ ਬੰਦਾ ਚੱਲ ਨਹੀਂ ਪਾਉਂਦਾ, ਗੋਡੇ ਬਦਲਣ ਤੋਂ ਬਾਅਦ ਤੀਸਰੇ ਦਿਨ ਅਸੀਂ ਉਹਨੂੰ ਸਟੈਂਡ ਦੇ ਨਾਲ ਖੜ੍ਹਾ ਕਰ ਦਿੰਦੇ ਹਾਂ, ਤਕਰੀਬਨ 6 ਹਫ਼ਤਿਆਂ ਦੇ ਅੰਦਰ ਅੰਦਰ ਪੇਸ਼ੈਂਟ ਪੂਰਾ ਤੁਰਨ ਲੱਗ ਜਾਂਦਾ ਬਗੈਰ ਕਿਸੇ ਸਹਾਰੇ ਤੋਂ। ਡਾਕਟਰ ਸਾਹਿਬ, ਜਦੋਂ ਆਪਾਂ ਇੱਕ ਵਾਰ ਗੋਡਾ ਜਿਹੜਾ ਹੈਗਾ ਬਦਲਿਆ ਗਿਆ ਅਤੇ ਕੀ ਉਹ ਜਿਹੜਾ ਹੈਗਾ ਗੋਡਾ ਜਿਵੇਂ ਆਮ ਆਪਾਂ ਆਪਣੇ ਡੇਲੀ ਰੂਟੀਨਸ ਕਰਦੇ ਹੈਗੇ ਉਦਾਂ ਹੀ ਬੰਦਾ ਕਰ ਸਕਦਾ? ਬਿਲਕੁਲ, ਆਪਣੇ ਨੋਰਮਲ ਤਰੀਕੇ ਨਾਲ ਉਹ ਆਪਣੀ ਡੇਲੀ ਐਕਟੀਵਿਟੀਜ਼ ਕਰ ਸਕਦਾ, ਸਿਵਾਏ ਇਸ ਚੀਜ਼ ਦੇ ਕਿ ਉਹ ਪੈਰਾਂ ਪਰ ਬੈਠੇ ਆ ਚੌਕੜੀ ਮਾਰੇ। ਪੈਰਾਂ ਪਰ ਬੈਠਿਆ ਜਾਂਦਾ, ਚੌਕੜੀ ਮਾਰੀ ਜਾਂਦੀ ਹੈ, ਲੇਕਿਨ ਉਹ ਜਿੰਨਾ ਅਸੀਂ ਇਹ ਐਕਟੀਵਿਟੀਜ਼ ਦੋਨੇ ਕਰਦੇ ਹਾਂ ਉਹਦੇ ਨਾਲ ਗੋਡੇ ਕੱਸ ਜਾਂਦੇ ਜਲਦੀ, ਗੋਡੇ ਲੂਜ਼ ਹੋਣ ਦਾ ਖਤਰਾ ਹੁੰਦਾ ਔਰ ਗੋਡੇ ਫਿਰ ਦੁਬਾਰਾ ਬਦਲਣ ਦੀ ਨੌਬਤ ਆਉਂਦੀ ਹੈ। ਜੇ ਆਪਾਂ ਇਹ ਚੀਜ਼ਾਂ ਨਹੀਂ ਕਰਾਂਗੇ ਤਾਂ ਗੋਡਿਆਂ ਦੀ ਲਾਈਫ ਕਾਫੀ ਅੱਛੀ ਹੈ ਔਰ ਲੰਬੀ ਲਾਈਫ ਹੈ, ਇੱਕ ਵਾਰੀ ਬਦਲੇ ਜਾਣ ਦੁਬਾਰਾ ਬਦਲਣ ਦੀ ਲੋੜ ਪੈਂਦੀ ਨਹੀਂ। ਅਸਲ ਜਿੱਦਾਂ ਕੋਈ ਜ਼ਮਾਨਾ ਹੁੰਦਾ ਸੀ ਲੋਕ ਕਹਿੰਦੇ ਸੀਗੇ ਕਿ ਤੁਹਾਡਾ ਮੈਡੀਕਲ ਜਿਹੜਾ ਹੈਗਾ ਚੈੱਕਅਪ ਜ਼ਰੂਰੀ ਹੈ 40 ਸਾਲ ਤੋਂ ਬਾਅਦ, ਕੀ ਸੋਚਦੇ ਤੁਸੀਂ? ਕਿਉਂਕਿ ਤੁਹਾਡੇ ਕੋਲ ਤਾਂ ਅੱਜ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਯੰਗ ਬਲੱਡਰਸ ਬਹੁਤ ਆ ਰਹੇ ਨੇ, ਕਿ ਅੱਜ ਜਿਹੜਾ ਹਰੇਕ 40 ਸਾਲ ਵਾਲਾ 45 ਸਾਲ ਵਾਲਾ ਬੰਦਾ ਉਹਨਾਂ ਨੂੰ ਆਪਣੇ ਗੋਡਿਆਂ ਦੀ ਪੋਜੀਸ਼ਨ ਵੀ ਡਾਕਟਰ ਨਾਲ ਕੰਸਲਟ ਕਰ ਲੈਣੀ ਚਾਹੀਦੀ ਹੈ? ਮੇਰੇ ਹਿਸਾਬ ਨਾਲ ਜਦੋਂ ਪੇਸ਼ੈਂਟ ਨੂੰ ਜਦੋਂ ਵੀ ਕੋਈ ਤਕਲੀਫ ਹੁੰਦੀ ਹੈ, ਚਾਹੇ ਉਹ 40 ਦਾ, ਚਾਹੇ ਉਹ 30 ਦਾ, ਚਾਹੇ ਉਹ 45 ਦਾ, ਤਾਂ ਉਹਨੂੰ ਆਪਣੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਔਰ ਜੋ ਡਾਕਟਰ ਕੰਸਲਟ ਕਰਕੇ ਆਪਣੀ ਸਲਾਹ ਦੇਏਗਾ ਉਹ ਸਲਾਹ ਉਹਨੂੰ ਮੰਨਣੀ ਚਾਹੀਦੀ। ਔਰ ਡਾਕਟਰ ਸਾਹਿਬ, 28 ਤਰੀਕ ਨੂੰ ਕਿੰਨੇ ਤੋਂ ਕਿੰਨੇ ਵਜੇ ਤੱਕ ਕੈਂਪ ਲੱਗੇਗਾ ਔਰ ਉਹਦੇ ਵਿੱਚ ਕੀ ਆਪਾਂ ਜਿਹੜੀਆਂ ਫੈਸਿਲਿਟੀਆਂ ਲੋਕਾਂ ਦੇ ਲਈ ਕਰਦੇ? 28 ਤਰੀਕ ਨੂੰ ਅਸੀਂ ਇੱਥੇ ਕੈਂਪ ਲਗਾ ਰਹੇ ਹਾਂ ਮਿੱਤਲ ਨਰਸਿੰਗ ਹੋਮ ਟਰਾਮਾ ਸੈਂਟਰ ਦੇ ਵਿੱਚ, ਉਸ 'ਚ ਅਸੀਂ ਗੋਡੇ ਔਰ ਚੂਲੇ ਬਦਲਣ ਦਾ ਕੈਂਪ ਲਗਾਇਆ ਹੈਗਾ, ਨਾਲ ਇੱਕ BMT ਦਾ ਟੈਸਟ ਹੁੰਦਾ ਜਿਸ 'ਚ ਅਸੀਂ ਕੈਲਸ਼ੀਅਮ ਦੀ ਜਾਂਚ ਕਰਦੇ ਹਾਂ, ਉਹ ਫ੍ਰੀ ਹੈਗੀ ਹੈ, ਪਲੱਸ ਕੁਛ ਬਲੱਡ ਦੇ ਟੈਸਟ ਹੈ ਜੋ 50% ਰਿਆਇਤ 'ਤੇ ਕੀਤੇ ਜਾਣਗੇ, ਪਲੱਸ ਉਸ ਦਿਨ ਜਿਹੜੇ ਗੋਡੇ ਦੇ ਚੂਲੇ ਬਦਲਣ ਦੇ ਪੇਸ਼ੈਂਟਸ ਹੋਣਗੇ ਉਹਨਾਂ ਦੇ ਰਿਆਇਤੀ ਦਰਾਂ 'ਤੇ ਆਪਰੇਸ਼ਨ ਕੀਤੇ ਜਾਣਗੇ ਜਿਹੜੇ ਵੀ ਪੇਸ਼ੈਂਟ ਉਸ ਦਿਨ ਦੇ ਵਿੱਚ ਰਜਿਸਟਰ ਹੋਣਗੇ। ਔਰ ਇਹ ਕੈਂਪ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਮਹੀਨੇ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਬਹੁਤ ਤੋਂ ਜ਼ਿਆਦਾ ਮਰੀਜ਼ ਜਿਹੜੇ ਉਹ ਫਾਇਦਾ ਉਠਾ ਸਕਣ। ਡਾਕਟਰ ਸਾਹਿਬ, ਅੱਜ ਕੱਲ੍ਹ ਦਾ ਜਿਹੜਾ ਸਿਡੇਟਿਵ ਸਟਾਈਲ ਹੈਗਾ ਔਰ ਲੋਕ ਜਿਹੜੇ ਹੈਗੇ ਆ ਇਨਡੋਰ ਹੋ ਗਏ ਆ ਸਾਰਾ ਦਿਨ ਮੋਬਾਈਲਾਂ ਦੇ ਉੱਪਰ ਔਰ ਜੰਕ ਫੂਡਸ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਹੈਗੀਆਂ, ਆਪਾਂ ਜਿੱਦਾਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਯੰਗ ਬਲੱਡਰ ਵੀ ਅੱਜ ਕੱਲ੍ਹ ਇਸ ਚੀਜ਼ ਦੇ ਜਿਹੜੇ ਹੈਗੇ ਨੇ ਉਹ ਗ੍ਰਸਤ ਹੋ ਗਏ ਨੇ ਇਹਨਾਂ ਚੀਜ਼ਾਂ ਦੇ ਨਾਲ ਹੀ, ਕੀ ਕਹਿਣਾ ਚਾਹੋਗੇ? ਬਿਲਕੁਲ, ਇਹ ਤੁਹਾਡੀ ਗੱਲ ਸਹੀ ਹੈ ਕਿ ਸੀਡੈਂਟਰੀ ਲਾਈਫ ਸਟਾਈਲ ਹੋ ਗਿਆ ਆਪਣਾ, ਖਾਣਾ ਪੀਣਾ ਜੰਕ ਫੂਡ ਹੋ ਗਿਆ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਦਾ ਤਾਂ ਬਹੁਤ ਜ਼ਿਆਦਾ ਹੈ, ਉਸ ਕਰਕੇ ਇਹਨਾਂ ਨੂੰ ਇਹ ਬਿਮਾਰੀਆਂ ਜਲਦੀ ਪਕੜਨਗੀਆਂ ਔਰ ਜਲਦੀ ਉਹਨਾਂ ਨੂੰ ਟ੍ਰੀਟਮੈਂਟ ਕਰਾਉਣਾ ਪਏਗਾ। ਮੇਰੇ ਹਿਸਾਬ ਨਾਲ ਇਹ ਜੰਕ ਫੂਡ ਬੰਦ ਹੋਣਾ ਚਾਹੀਦਾ ਹੈ, ਇੱਕ ਡੇਲੀ ਐਕਟੀਵਿਟੀ ਦਾ ਰੂਟੀਨ ਬਣਾਉਣਾ ਚਾਹੀਦਾ ਹੈ, ਸੈਰ ਹੋਣੀ ਚਾਹੀਦੀ ਹੈ, ਡਾਇਟ ਦੇ ਉੱਪਰ ਕੰਟਰੋਲ ਹੋਣਾ ਚਾਹੀਦਾ ਹੈ, ਤਦੇ ਹੀ ਆਪਾਂ ਇਹਨਾਂ ਬਿਮਾਰੀਆਂ ਤੋਂ ਬਚ ਸਕਾਂਗੇ ਔਰ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਲੇਟਰ ਔਨ ਲਾਈਫ ਦੇ ਵਿੱਚ ਸ਼ਾਇਦ ਨਾ ਪਏ। ਡਾਕਟਰ ਸਾਹਿਬ, ਅਗਰ ਕੋਈ ਸਮਾਜ ਸੇਵੀ ਸੰਸਥਾਵਾਂ ਜਿਹੜੇ ਲੋਕਾਂ ਦੇ ਦਿਲ ਦੇ ਵਿੱਚ ਦਰਦ ਹੈਗਾ, ਜਿੱਦਾਂ ਕਿ ਲੋਕ ਅੱਖਾਂ ਦਾ ਲਗਾਉਂਦੇ ਸੀ, ਜਿੱਦਾਂ ਅੱਜ ਕੱਲ੍ਹ ਗੋਡਿਆਂ ਦੀ ਪ੍ਰੋਬਲਮ ਬਹੁਤ ਆਉਂਦੀ ਹੈ, ਅਗਰ ਕੋਈ NRI ਵੀਰ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ, ਅਗਰ ਉਹ ਤੁਹਾਨੂੰ ਅਪਰੋਚ ਕਰਨ ਕੈਂਪਸ ਦੇ ਲਈ ਜਾਂ ਜਿਹੜੇ ਵੀ ਗੁਰਦੁਆਰੇ ਮਹਾਂਪੁਰਖ ਨੈਲਸਨ ਬਾਬਾ ਜੀ ਜਿਹਨਾਂ ਦੇ ਮਾਇੰਡ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਿਸੇ ਤਰੀਕੇ ਨਾਲ ਕਰਨੀ ਹੈ, ਉਹ ਧਾਰਮਿਕ ਵਾਈਬ੍ਰੇਸ਼ਨਾਂ ਦੇ ਨਾਲ ਨਾਲ ਉਹਨਾਂ ਨੂੰ ਹੁੰਦਾ ਕਿ ਹੈਲਥ ਦਾ ਵੀ ਲੋਕਾਂ ਨੂੰ ਜਿਹੜਾ ਹੈਗਾ ਅਵੇਅਰ ਕੀਤਾ ਹੈ, ਲੋਕਾਂ ਨੂੰ ਸੇਵਾਵਾਂ ਦਿੱਤੀਆਂ ਹਨ, ਅਗਰ ਉਹ ਲੋਕ ਤੁਹਾਨੂੰ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਉੱਪਰ ਅਪਰੋਚ ਕਰਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਟਾਈ ਕਰ ਸਕਦੇ? ਬਿਲਕੁਲ, ਅਸੀਂ ਪੇਸ਼ੈਂਟਸ ਦੀ ਹੈਲਪ ਵਾਸਤੇ ਹਰ ਵੇਲੇ ਖੜ੍ਹੇ ਹਾਂ, ਜੇ ਇਸ ਤਰ੍ਹਾਂ ਦੇ ਕੋਈ ਲੋਕ ਸਾਨੂੰ ਅਪਰੋਚ ਕਰਦੇ ਤਾਂ ਅਸੀਂ ਉਸ ਲਈ ਆਪਣੇ ਕੈਂਪ ਲਗਾਉਣ ਲਈ ਤਿਆਰ ਹਾਂ। ਥੈਂਕ ਯੂ ਡਾਕਟਰ।